ਪੰਜਾਬੀ ਮਾਂ ਬੋਲੀ ਦੇ ਵਿਸਥਾਰ ਅਤੇ ਵਿਕਾਸ ਦੇ ਲਈ ਹੋਂਦ ਚਾਹੀ ਪੰਜਾਬੀ ਸਾਹਿਤ ਅਕਾਦਮੀ ਸੰਨ 1954 'ਚ ਭਾਈ ਜੋਤ ਸਿੰਘ ਦੀ ਅਗਵਾਈ ਹੇਠ ਸ਼ੁਰੂ ਹੋਈ ਸੀ ਅਤੇ ਇਸ ਸੰਸਥਾ ਦੀ ਕਾਰਜਕਾਰੀ ਟੀਮ ਲਈ ਹਰ ਦੂਜੇ ਵਰ੍ਹੇ ਚੋਣਾਂ ਕਰਾਈਆਂ ਜਾਂਦੀਆਂ ਨੇ। ਇਸ ਵਾਰ ਵੀ ਵਰ੍ਹੇ 2010 ਦੀਆਂ ਚੋਣਾਂ ਬੀਤੇ ਦਿਨੀਂ ਕਰਵਾਈਆਂ ਗਈਆਂ, ਜਿਸ ਵਿੱਚ ਕਿ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਨੂੰ ਬਤੌਰ ਅਕਾਦਮੀ ਪ੍ਰਧਾਨ ਚੁਣਿਆ ਗਿਆ। ਪ੍ਰਧਾਨ ਪਦ 'ਤੇ ਕਾਬਜ਼ ਹੋਣ ਤੋਂ ਬਾਅਦ ਅੱਜ ਲੁਧਿਆਣਾ ਤੋਂ ਸਾਡੇ ਪੱਤਰਕਾਰ ਨਾਲ ਕੀਤੀ ਖਾਸ ਮੁਲਾਕਾਤ ਦੌਰਾਨ ਗੱਲਬਾਤ ਕਰਦਿਆਂ ਪ੍ਰੋਫੈਸਰ ਗੁਰਭਜਨ ਗਿੱਲ ਨੇ ਕਿਹਾ ਕਿ ਉਹ ਅਕਾਦਮੀ ਦੀ ਸੇਵਾ ਲਈ ਹਰ ਸੰਭਵ ਯਤਨ ਕਰਨਗੇ। ਪੇਸ਼ ਹੈ ਇੱਕ ਖਾਸ ਰਿਪੋਰਟ। ਪੰਜਾਬੀ ਸਾਹਿਤ ਅਕੈਡਮੀ ਦੇ ਨਵੇਂ ਚੁਣੇ ਗਏ ਪ੍ਰਧਾਨ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਅੱਜ ਸਾਡੇ ਨਾਲ ਨੇ। ਉਹਨਾਂ ਤੋਂ ਜਾਣਦੇ ਹਾਂ ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰ ਨੂੰ ਉੱਚਾ ਚੱਕਣ ਲਈ ਉਹਨਾਂ ਨੇ ਕਿਸ ਤਰ੍ਹਾਂ ਦੀਆਂ ਵਿਉਂਤਾਂ ਬਣਾਈਆਂ ਨੇ। ਹਿੰਮਤ ਕਰੇ ਇਨਸਾਨ ਤੋਂ ਕਿਆ ਹੋ ਨਹੀਂ ਸਕਦਾ, ਜੇ ਬੰਦਾ ਚਾਹੇ ਤਾਂ ਸਭ ਕੁਝ ਹੋ ਸਕਦਾ। ਲੋਕ ਆਖਦੇ ਨਾ ਇੱਥੇ ਕੁਛ ਨਹੀਂ ਹੋ ਸਕਦਾ, ਮੈਂ ਕਹਿੰਦਾ ਇੱਥੇ ਕੀ ਨਹੀਂ ਹੋ ਸਕਦਾ। ਸਾਡੇ 'ਚ ਵਿਲ ਚਾਹੀਦੀ ਹੈ, ਨੀਅਤ ਚਾਹੀਦੀ, ਨੀਤੀ ਚਾਹੀਦੀ ਹੈ, ਦੋਵੇਂ ਗੱਲਾਂ ਸਾਡੇ ਕੋਲ ਨੇ। ਸਾਡੇ ਕੋਲ ਅੱਜ ਜੇ ਅਸੀਂ ਜਦੋਂ ਆਪਦਾ ਸੰਭਾਲਣ ਸਾਰ ਅਸੀਂ ਗੱਲਾਂ ਕਰਦੇ ਹਾਂ ਤਾਂ ਸ਼ਾਇਦ ਲੋਕਾਂ ਨੂੰ ਸੁਪਨਸਾਜ਼ੀ ਲੱਗੇ, ਪਰ ਹਕੀਕਤਨ ਇਹ ਆ ਕਿ ਵਿਸ਼ਵ ਭਰ 'ਚ ਵੱਸਦੇ ਪੰਜਾਬੀ, ਨਿਊਯਾਰਕ 'ਚ ਵੱਸਦੇ ਪੰਜਾਬੀ, ਲਾਸ ਏਂਜਲਸ ਵੱਸਦੇ ਪੰਜਾਬੀ, ਤੁਹਾਡੇ ਸੈਕਰਾਮੈਂਟੋ 'ਚ ਵੱਸਦੇ ਪੰਜਾਬੀ ਟੈਲੀਫੋਨਿਕਲੀ ਮੈਨੂੰ ਇਹ ਗੱਲ ਸੂਚਿਤ ਕਰ ਰਹੇ ਨੇ ਕਿ ਜਿਸ ਸਾਧਨ ਵਾਸਤੇ, ਜਿਸ ਕੰਮ ਵਾਸਤੇ, ਚੰਗੇ ਕੰਮ ਵਾਸਤੇ ਜਿੰਨੇ ਸਰਮਾਏ ਦੀ ਲੋੜ ਹੈ, ਜਿੰਨੇ ਲਿਆਕਤਵਾਨ ਬੰਦਿਆਂ ਨੂੰ ਉਹਨਾਂ 'ਚ ਉਹਦੇ 'ਚ ਪਾਉਣ ਦੇ ਵਾਸਤੇ ਸਹਿਯੋਗ ਦੀ ਲੋੜ ਹੈ, ਅਸੀਂ ਤਿਆਰ ਹਾਂ ਉਸ ਵਾਸਤੇ, ਤਾਂ ਕਿ ਜੇ ਪੰਜਾਬ ਹੀ ਪੰਜਾਬ ਨਾ ਰਿਹਾ ਤਾਂ ਦੁਨੀਆ ਭਰ 'ਚ ਵੱਸਦੇ ਪੰਜਾਬੀ ਮਾਣ ਕਿਹੜੇ ਖੇਤਰ 'ਤੇ ਕਰਨਗੇ। ਪੰਜਾਬੀ ਸਾਹਿਤ ਅਕੈਡਮੀ ਹੈ ਜਿਹੜੀ, ਉਹਨੂੰ ਸਿਰਫ ਲੇਖਕਾਂ ਦੇ ਆਲੋਚਕ ਤੌਰ 'ਤੇ ਲਿਆ ਜਾਂਦਾ, ਉਸਨੂੰ ਉਹਦੀ ਦਿੱਖ ਵੱਡੀ ਕਰਨ ਲਈ ਤੁਸੀਂ ਕੀ ਯਤਨ ਕਰੋ? ਉਹਨੂੰ ਸਕੂਲਾਂ 'ਚ ਲੈ ਕੇ ਜਾਵਾਂਗੇ, ਉਹਨੂੰ ਕਾਲਜਾਂ 'ਚ ਲੈ ਕੇ ਜਾਵਾਂਗੇ, ਉਹਨੂੰ ਪੰਜਾਬ ਦੇ 4 ਜ਼ੋਨ 'ਚ ਵੰਡ ਕੇ, 4 ਖੇਤਰਾਂ 'ਚ ਵੰਡ ਕੇ, ਉੱਥੇ ਉੱਥੇ ਪਿੰਡਾਂ ਦੀਆਂ ਸੱਥਾਂ 'ਚ ਸਰਗਰਮੀਆਂ ਕਰਾਂਗੇ, ਬੋੜਾਂ ਥੱਲੇ, ਪਿੱਪਲਾਂ ਥੱਲੇ ਜਾਵਾਂਗੇ, ਟਾਹਲੀਆਂ ਥੱਲੇ ਜਾਵਾਂਗੇ, ਨਿੱਕੇ ਨਿੱਕੇ ਕਵੀ ਦਰਬਾਰ ਕਰਾਵਾਂਗੇ। ਜਿਵੇਂ ਅੱਜ ਹੀ ਸਵੇਰੇ ਜਗਰਾਉਂ ਪੁਲਿਸ ਡਿਸਟ੍ਰਿਕਟ ਦੇ SP ਨੇ ਮਿਸਟਰ ਗੁਰਪ੍ਰੀਤ ਸਿੰਘ ਤੂਰ, ਉਹਨਾਂ ਨੇ ਮੇਰੇ ਨਾਲ ਕੰਟੈਕਟ ਕਰਕੇ ਮੈਨੂੰ ਗੱਲ ਆਖੀ ਹੈ ਕਿ 30 ਪਿੰਡ ਅਸੀਂ ਸਿਲੈਕਟ ਕੀਤੇ ਨੇ, 30 ਪਿੰਡਾਂ ਦੇ 30 ਸਕੂਲ ਸਿਲੈਕਟ ਕੀਤੇ ਨੇ, ਤਾਂ ਕਿ ਪਿੰਡਾਂ ਦੇ ਨੌਜਵਾਨਾਂ ਨੂੰ ਅਸੀਂ ਨਸ਼ਾ ਮੁਕਤ ਕਰ ਸਕੀਏ, ਨਾਲ ਦੀ ਨਾਲ ਸਾਖਰ ਕਰ ਸਕੀਏ, ਨਾਲ ਦੀ ਨਾਲ ਗਿਆਨ ਸਾਹਿਤ ਨਾਲ ਜੋੜ ਸਕੀਏ। ਉਹਨਾਂ ਨੇ ਕਿਹਾ ਕਿ 30 ਲੇਖਕ ਸਾਨੂੰ ਸਿਲੈਕਟ ਲਿਸਟ ਸੂਚੀ ਦਿਓ, ਅਸੀਂ ਉਹਨਾਂ 30 ਲੇਖਕਾਂ ਨੂੰ ਉਸ ਥਾਂ ਦੇ ਉੱਤੇ ਲੈ ਕੇ ਜਾਵਾਂਗੇ, ਉਹਨਾਂ ਲੋਕਾਂ ਬੱਚਿਆਂ ਨੂੰ ਪ੍ਰੇਰਨਾ ਦੇਣ ਵਾਸਤੇ ਉੱਥੇ ਭਾਸ਼ਣ ਜਦੋਂ ਕਰਨਗੇ, ਜਾਣਕਾਰੀ ਦੇਣਗੇ ਕਿ ਕਿਹੜੀ ਕਿਤਾਬ ਪੜ੍ਹੋ, ਕਿੱਥੇ ਪੜ੍ਹੋ, ਕਿਵੇਂ ਪੜ੍ਹੋ, ਤਾਂ ਕੁਦਰਤੀ ਗੱਲ ਹੈ ਇੱਕ ਸੁਮੇਲ ਬਣੇਗਾ। ਇਹ ਇਕੱਲੇ ਦੁਕੱਲੇ ਦਾ ਕੰਮ ਨਹੀਂ, ਇੱਕ ਸੰਸਥਾ ਨਹੀਂ ਕਰ ਸਕਦੀ। ਇਹਦੇ ਵਿੱਚ ਮੈਂ ਪਹਿਲਾਂ ਵੀ ਕਿਹਾ ਕਿ ਇਹਦੇ 'ਚ ਗੁਰਦੁਆਰਾ ਕਮੇਟੀ ਦੀ ਵੀ ਮਦਦ ਲਵਾਂਗੇ, ਇਹ 'ਚ ਮੰਦਰ ਮਸੀਤਾਂ ਦੀ ਵੀ ਮਦਦ ਲਵਾਂਗੇ, ਇਹ ਸਕੂਲਾਂ ਕਾਲਜਾਂ ਦੀ ਮਦਦ ਲਵਾਂਗੇ। ਉਹਨਾਂ ਬੱਚਿਆਂ ਦੇ ਸੁਪਨੇ ਉੱਗਣੇ ਬੰਦ ਹੋ ਗਏ ਨੇ, ਪਿੰਡ ਦੇ ਸੁਪਨੇ ਉੱਗਣੇ ਸ਼ੁਰੂ ਉਗਾਉਣੇ ਸ਼ੁਰੂ ਕਰਾਂਗੇ। ਇਹ ਕੋਈ 2 ਸਾਲਾਂ ਦੇ ਨਾਲ ਨਹੀਂ ਹੋ ਜਾਣਾ, ਇਹਦੇ ਨਾਲ ਇੱਕ ਮਾਹੌਲ ਉਸਰੇਗਾ ਜਿਹਦੇ ਨਾਲ ਲੋਕ ਚੰਗੀਆਂ ਕਿਤਾਬਾਂ 'ਚੋਂ ਚੰਗੇ ਸੁਪਨੇ ਲੈਣਗੇ, ਉਹਦੇ ਨਾਲ ਆਪਣੇ ਵਿਕਾਸ ਵਾਸਤੇ ਖਿੜਕੀਆਂ ਖੋਲਣਗੇ। ਇਹ ਨਹੀਂ ਮਹਿਸੂਸ ਕਰਨਗੇ ਕਿ ਸਾਡੇ ਅੱਗੇ ਦੀਵਾਰ ਹੋ ਗਈ, ਕੰਧ ਹੋ ਗਈ, ਅਸੀਂ ਵਿਕਾਸ ਦੇ ਰਾਹ ਨਹੀਂ ਤੁਰ ਸਕਦੇ। ਸੋ ਅਸੀਂ ਸਿਰਫ ਸੁਪਨਾ ਦੇਣਾ ਧਰਤੀ ਦੇ, ਸੁਪਨਹੀਣ ਧਰਤੀ ਨੂੰ ਸੁਪਨਾ ਦੇਣਾ। ਸੋਸ਼ਲ ਡਿਵੈਲਪਮੈਂਟ 'ਚ ਪਾਰਟੀਸਪੇਟ ਕਰਨ ਵਾਲੇ NRI ਵੀਰਾਂ ਨੂੰ ਕੋਈ ਸੰਦੇਸ਼ਾ ਦੇਣਾ ਚਾਹੋਗੇ? ਪ੍ਰਦੇਸ਼ਾਂ 'ਚ ਵੱਸਦੇ ਮੇਰੇ ਪੰਜਾਬੀ ਭਰਾ ਪੰਜਾਬ ਦੀ ਬਹੁਤ ਵਿਕਾਸ ਦੇ ਵਿੱਚ ਬੜੀ ਵੱਡੀ ਕੰਟਰੀਬਿਊਸ਼ਨ ਦੇ ਰਹੇ ਨੇ, ਪਰ ਇਹ ਡਾਇਰੈਕਸ਼ਨਲੈਸ ਹੈ। ਆਪੋ ਆਪਣੇ ਪਿੰਡ ਨੂੰ ਅਡਾਪਟ ਕਰੋ, ਵਿਖਾਵੇ 'ਚ ਨਾ ਪਵੋ। ਬਹੁਤ ਸਾਰੇ ਟੂਰਨਾਮੈਂਟਸ ਹੁੰਦੇ ਆ, ਅਰਬਾਂ ਰੁਪਇਆ ਇੱਕੋ ਖੇਡ 'ਤੇ ਲੱਗ ਰਿਹਾ, ਕਬੱਡੀ 'ਤੇ, ਮਾੜੀ ਗੱਲ ਨਹੀਂ, ਪਰ ਇਹ ਗੱਲ ਮਾੜੀ ਹੈ ਕਿ ਨਸ਼ੇ 'ਤੇ ਟੇਕ ਜਿਹੜੀ ਸਾਡੇ ਖਿਡਾਰੀ ਦੀ ਹੋ ਗਈ ਹੈ ਸਿਰਫ ਨਾਮ ਜਿੱਤਣ ਵਾਸਤੇ, ਉਹ ਤੋਂ ਮੁਕਤੀ ਦੀ ਲੋੜ ਹੈ। ਸਰ ਬਹੁਤ ਬਹੁਤ ਸ਼ੁਕਰੀਆ, ਤੁਸੀਂ ਜਸ ਪੰਜਾਬੀ ਨਾਲ ਆਪਣਾ ਵਕਤ ਸਾਂਝਾ ਕੀਤਾ। ਧੰਨਵਾਦੀ ਹਾਂ ਭੈਣ ਪਿਆਰੀ ਸੰਧੂ ਦਾ, ਔਰ ਮੈਂ ਆਪਣੇ ਵੀਰਾਂ ਦਾ, ਜਿੰਨੇ ਉਚੇਚ ਨਾਲ ਹਰਵਿੰਦਰ ਰਿਆੜ ਹੋਰਾਂ ਦਾ, ਦੋਸਤਾਂ ਦਾ। ਇਹ ਸਨ ਪ੍ਰੋਫੈਸਰ ਗੁਰਭਜਨ ਸਿੰਘ ਗਿੱਲ, ਜਿਨ੍ਹਾਂ ਨੇ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਤ ਕਰਨ ਲਈ ਆਪਣੇ ਜੋ ਵਿਉਂਤਾਂ ਨੇ ਆਉਣ ਵਾਲੇ ਸਮੇਂ ਸਾਡੇ ਨਾਲ ਸਾਂਝੀਆਂ ਕੀਤੀਆਂ। GN ਪਨੇਸਰ, ਜਸ ਪੰਜਾਬੀ, ਲੁਧਿਆਣਾ।